ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਦੇ ਅਧੀਨ ਪੈਂਦਾ ਜ਼ਿਲ੍ਹਾ ਰੋਪੜ ਦੇ ਅਧੀਨ ਤਿੰਨ ਵਿਧਾਨ ਸਭਾ ਹਲਕੇ ਪੈਂਦੇ ਨੇ, ਜਿਨ੍ਹਾਂ ਵਿੱਚ ਵਿਧਾਨ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ, ਵਿਧਾਨ ਸਭਾ ਹਲਕਾ ਰੂਪਨਗਰ ਅਤੇ ਵਿਧਾਨ ਸਭਾ ਹਲਕਾ ਸ੍ਰੀ ਚਮਕੌਰ ਸਾਹਿਬ। ਬੀਤੇ ਦਿਨਾਂ ਵੋਟਾਂ ਪਈਆਂ ਤੇ ਵੋਟਾਂ ਤੋਂ ਬਾਅਦ ਜਿਹੜੀ EVMs ਨੇ ਉਹ ਇਸ ਵਕਤ ਇਸ ਸਰਕਾਰੀ ਕਾਲਜ ਦੇ ਵਿੱਚ ਜਮ੍ਹਾਂ ਕਰ ਦਿੱਤੀਆਂ ਗਈਆਂ ਨੇ। ਸਖ਼ਤ ਪਹਿਰਾ ਜਿਹੜਾ ਸੁਰੱਖਿਆ ਦਾ ਇਸ ਵਕਤ ਜਿਹੜਾ ਰੋਪੜ ਦਾ ਸਰਕਾਰੀ ਕਾਲਜ ਆ ਉਸ ਵਿੱਚ ਦਿਖਾਈ ਦੇ ਰਿਹਾ। ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਪੁਲਿਸ ਕਰਮੀ ਆ ਇਸ ਵਕਤ ਜਗ੍ਹਾ ਦੇ ਉੱਤੇ ਮੌਜੂਦ ਨੇ, ਬੈਰੀਗੇਟਸ ਉਹਨਾਂ ਵੱਲੋਂ ਲਗਾਏ ਗਏ ਨੇ। ਆਉਣ ਜਾਣ ਵਾਲਿਆਂ ਦੇ ਉੱਤੇ ਵੀ ਸਖ਼ਤ ਨਜ਼ਰ ਰੱਖੀ ਜਾ ਰਹੀ ਆ। ਜੇਕਰ ਸੁਰੱਖਿਆ ਪੱਖੋਂ ਗੱਲ ਕੀਤੀ ਜਾਵੇ ਤਾਂ 3 ਲੇਅਰ ਦੀ ਇਸ ਵਕਤ ਸੁਰੱਖਿਆ ਇਸ ਜਗ੍ਹਾ ਦੇ ਉੱਤੇ ਮੁਹੱਈਆ ਕਰਵਾਈ ਗਈ ਆ। ਜਿਹੜੇ ਉਮੀਦਵਾਰ ਬਾਹਰੋਂ ਆਉਂਦੇ ਆ ਉਹਨਾਂ ਦੇ ਜਿਹੜੇ ਸ਼ੱਕ ਸ਼ੁਬਾ ਉਸ ਨੂੰ ਦੂਰ ਕਰਨ ਦੇ ਲਈ ਇੱਕ ਵਾਰ LED ਵੀ ਲਗਾਈ ਗਈ ਹੈ, ਜਿਸਦੇ ਉੱਤੇ ਸਾਫ਼ ਦਿਖਾਈ ਦੇ ਰਿਹਾ ਹੈ ਕਿ ਜਿਹੜੀਆਂ EVMs ਨੇ ਉਹਨਾਂ ਦੀ ਤੁਸੀਂ ਦੇਖ ਸਕਦੇ ਹੋ ਜਿਹੜੀ ਸੁਰੱਖਿਆ ਹੈ ਉਹ ਸਾਫ਼ ਤੌਰ 'ਤੇ ਬਾਹਰ ਜੋ ਅੰਦਰ ਦੇ ਹਾਲਾਤ ਆ ਉਹ ਸਕਰੀਨ ਰਾਹੀਂ ਬਾਹਰ ਦਿਖਾਏ ਜਾ ਰਹੇ ਨੇ। ਦੂਸਰੇ ਪਾਸੇ ਜੇਕਰ ਗੱਲ ਕੀਤੀ ਜਾਵੇ ਤਾਂ ਫਿਲਹਾਲ ਜਿਹੜੀ ਉਮੀਦਵਾਰਾਂ ਦੀ ਕਿਸਮਤ ਆ ਉਹ EVMs ਦੇ ਵਿੱਚ ਕੈਦ ਆ ਅਤੇ EVMs ਇਸ ਵਕਤ ਸਖ਼ਤ ਸੁਰੱਖਿਆ ਪਹਿਰੇ ਹੇਠ ਨੇ। ਗਾਹੇ ਬਗਾਹੇ ਇਸ ਜਗ੍ਹਾ ਦੇ ਉੱਤੇ ਆ ਕੇ ਜਿਹੜੇ ਵੱਡੇ ਪ੍ਰਸ਼ਾਸਨਿਕ ਅਧਿਕਾਰੀ ਆ ਉਹਨਾਂ ਵੱਲੋਂ ਚੈਕਿੰਗ ਕੀਤੀ ਜਾ ਰਹੀ ਆ, ਤਾਂ ਜੋ ਕੋਈ ਵੀ ਗੜਬੜ ਦੀ ਜਿਹੜੀ ਮਾੜੀ ਮੋਟੀ ਸ਼ੰਕਾ ਉਹ ਨਾ ਪੈਦਾ ਹੋ ਸਕੇ। ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਦੇ ਅਧੀਨ ਪੈਂਦਾ ਜ਼ਿਲ੍ਹਾ ਰੋਪੜ ਦੇ ਅਧੀਨ ਤਿੰਨ ਵਿਧਾਨ ਸਭਾ ਹਲਕੇ ਪੈਂਦੇ ਨੇ, ਜਿਨ੍ਹਾਂ ਵਿੱਚ ਵਿਧਾਨ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ, ਵਿਧਾਨ ਸਭਾ ਹਲਕਾ ਰੂਪਨਗਰ ਅਤੇ ਵਿਧਾਨ ਸਭਾ ਹਲਕਾ ਸ੍ਰੀ ਚਮਕੌਰ ਸਾਹਿਬ। ਬੀਤੇ ਦਿਨਾਂ ਵੋਟਾਂ ਪਈਆਂ ਤੇ ਵੋਟਾਂ ਤੋਂ ਬਾਅਦ ਜਿਹੜੀ EVMs ਨੇ ਉਹ ਇਸ ਵਕਤ ਇਸ ਸਰਕਾਰੀ ਕਾਲਜ ਦੇ ਵਿੱਚ ਜਮ੍ਹਾਂ ਕਰ ਦਿੱਤੀਆਂ ਗਈਆਂ ਨੇ। ਸਖ਼ਤ ਪਹਿਰਾ ਜਿਹੜਾ ਸੁਰੱਖਿਆ ਦਾ ਇਸ ਵਕਤ ਜਿਹੜਾ ਰੋਪੜ ਦਾ ਸਰਕਾਰੀ ਕਾਲਜ ਆ ਉਸ ਵਿੱਚ ਦਿਖਾਈ ਦੇ ਰਿਹਾ। ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਪੁਲਿਸ ਕਰਮੀ ਆ ਇਸ ਵਕਤ ਜਗ੍ਹਾ ਦੇ ਉੱਤੇ ਮੌਜੂਦ ਨੇ, ਬੈਰੀਗੇਟਸ ਉਹਨਾਂ ਵੱਲੋਂ ਲਗਾਏ ਗਏ ਨੇ। ਆਉਣ ਜਾਣ ਵਾਲਿਆਂ ਦੇ ਉੱਤੇ ਵੀ ਸਖ਼ਤ ਨਜ਼ਰ ਰੱਖੀ ਜਾ ਰਹੀ ਆ। ਜੇਕਰ ਸੁਰੱਖਿਆ ਪੱਖੋਂ ਗੱਲ ਕੀਤੀ ਜਾਵੇ ਤਾਂ 3 ਲੇਅਰ ਦੀ ਇਸ ਵਕਤ ਸੁਰੱਖਿਆ ਇਸ ਜਗ੍ਹਾ ਦੇ ਉੱਤੇ ਮੁਹੱਈਆ ਕਰਵਾਈ ਗਈ ਆ। ਜਿਹੜੇ ਉਮੀਦਵਾਰ ਬਾਹਰੋਂ ਆਉਂਦੇ ਆ ਉਹਨਾਂ ਦੇ ਜਿਹੜੇ ਸ਼ੱਕ ਸ਼ੁਬਾ ਉਸ ਨੂੰ ਦੂਰ ਕਰਨ ਦੇ ਲਈ ਇੱਕ ਵਾਰ LED ਵੀ ਲਗਾਈ ਗਈ ਹੈ, ਜਿਸਦੇ ਉੱਤੇ ਸਾਫ਼ ਦਿਖਾਈ ਦੇ ਰਿਹਾ ਹੈ ਕਿ ਜਿਹੜੀਆਂ EVMs ਨੇ ਉਹਨਾਂ ਦੀ ਤੁਸੀਂ ਦੇਖ ਸਕਦੇ ਹੋ ਜਿਹੜੀ ਸੁਰੱਖਿਆ ਹੈ ਉਹ ਸਾਫ਼ ਤੌਰ 'ਤੇ ਬਾਹਰ ਜੋ ਅੰਦਰ ਦੇ ਹਾਲਾਤ ਆ ਉਹ ਸਕਰੀਨ ਰਾਹੀਂ ਬਾਹਰ ਦਿਖਾਏ ਜਾ ਰਹੇ ਨੇ। ਦੂਸਰੇ ਪਾਸੇ ਜੇਕਰ ਗੱਲ ਕੀਤੀ ਜਾਵੇ ਤਾਂ ਫਿਲਹਾਲ ਜਿਹੜੀ ਉਮੀਦਵਾਰਾਂ ਦੀ ਕਿਸਮਤ ਆ ਉਹ EVMs ਦੇ ਵਿੱਚ ਕੈਦ ਆ ਅਤੇ EVMs ਇਸ ਵਕਤ ਸਖ਼ਤ ਸੁਰੱਖਿਆ ਪਹਿਰੇ ਹੇਠ ਨੇ। ਗਾਹੇ ਬਗਾਹੇ ਇਸ ਜਗ੍ਹਾ ਦੇ ਉੱਤੇ ਆ ਕੇ ਜਿਹੜੇ ਵੱਡੇ ਪ੍ਰਸ਼ਾਸਨਿਕ ਅਧਿਕਾਰੀ ਆ ਉਹਨਾਂ ਵੱਲੋਂ ਚੈਕਿੰਗ ਕੀਤੀ ਜਾ ਰਹੀ ਆ, ਤਾਂ ਜੋ ਕੋਈ ਵੀ ਗੜਬੜ ਦੀ ਜਿਹੜੀ ਮਾੜੀ ਮੋਟੀ ਸ਼ੰਕਾ ਉਹ ਨਾ ਪੈਦਾ ਹੋ ਸਕੇ। ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਦੇ ਅਧੀਨ ਪੈਂਦਾ ਜ਼ਿਲ੍ਹਾ ਰੋਪੜ ਦੇ ਅਧੀਨ ਤਿੰਨ ਵਿਧਾਨ ਸਭਾ ਹਲਕੇ ਪੈਂਦੇ ਨੇ, ਜਿਨ੍ਹਾਂ ਵਿੱਚ ਵਿਧਾਨ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ, ਵਿਧਾਨ ਸਭਾ ਹਲਕਾ ਰੂਪਨਗਰ ਅਤੇ ਵਿਧਾਨ ਸਭਾ ਹਲਕਾ ਸ੍ਰੀ ਚਮਕੌਰ ਸਾਹਿਬ। ਬੀਤੇ ਦਿਨਾਂ ਵੋਟਾਂ ਪਈਆਂ ਤੇ ਵੋਟਾਂ ਤੋਂ ਬਾਅਦ ਜਿਹੜੀ EVMs ਨੇ ਉਹ ਇਸ ਵਕਤ ਇਸ ਸਰਕਾਰੀ ਕਾਲਜ ਦੇ ਵਿੱਚ ਜਮ੍ਹਾਂ ਕਰ ਦਿੱਤੀਆਂ ਗਈਆਂ ਨੇ। ਸਖ਼ਤ ਪਹਿਰਾ ਜਿਹੜਾ ਸੁਰੱਖਿਆ ਦਾ ਇਸ ਵਕਤ ਜਿਹੜਾ ਰੋਪੜ ਦਾ ਸਰਕਾਰੀ ਕਾਲਜ ਆ ਉਸ ਵਿੱਚ ਦਿਖਾਈ ਦੇ ਰਿਹਾ। ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਪੁਲਿਸ ਕਰਮੀ ਆ ਇਸ ਵਕਤ ਜਗ੍ਹਾ ਦੇ ਉੱਤੇ ਮੌਜੂਦ ਨੇ, ਬੈਰੀਗੇਟਸ ਉਹਨਾਂ ਵੱਲੋਂ ਲਗਾਏ ਗਏ ਨੇ। ਆਉਣ ਜਾਣ ਵਾਲਿਆਂ ਦੇ ਉੱਤੇ ਵੀ ਸਖ਼ਤ ਨਜ਼ਰ ਰੱਖੀ ਜਾ ਰਹੀ ਆ। ਜੇਕਰ ਸੁਰੱਖਿਆ ਪੱਖੋਂ ਗੱਲ ਕੀਤੀ ਜਾਵੇ ਤਾਂ 3 ਲੇਅਰ ਦੀ ਇਸ ਵਕਤ ਸੁਰੱਖਿਆ ਇਸ ਜਗ੍ਹਾ ਦੇ ਉੱਤੇ ਮੁਹੱਈਆ ਕਰਵਾਈ ਗਈ ਆ। ਜਿਹੜੇ ਉਮੀਦਵਾਰ ਬਾਹਰੋਂ ਆਉਂਦੇ ਆ ਉਹਨਾਂ ਦੇ ਜਿਹੜੇ ਸ਼ੱਕ ਸ਼ੁਬਾ ਉਸ ਨੂੰ ਦੂਰ ਕਰਨ ਦੇ ਲਈ ਇੱਕ ਵਾਰ LED ਵੀ ਲਗਾਈ ਗਈ ਹੈ, ਜਿਸਦੇ ਉੱਤੇ ਸਾਫ਼ ਦਿਖਾਈ ਦੇ ਰਿਹਾ ਹੈ ਕਿ ਜਿਹੜੀਆਂ EVMs ਨੇ ਉਹਨਾਂ ਦੀ ਤੁਸੀਂ ਦੇਖ ਸਕਦੇ ਹੋ ਜਿਹੜੀ ਸੁਰੱਖਿਆ ਹੈ ਉਹ ਸਾਫ਼ ਤੌਰ 'ਤੇ ਬਾਹਰ ਜੋ ਅੰਦਰ ਦੇ ਹਾਲਾਤ ਆ ਉਹ ਸਕਰੀਨ ਰਾਹੀਂ ਬਾਹਰ ਦਿਖਾਏ ਜਾ ਰਹੇ ਨੇ। ਦੂਸਰੇ ਪਾਸੇ ਜੇਕਰ ਗੱਲ ਕੀਤੀ ਜਾਵੇ ਤਾਂ ਫਿਲਹਾਲ ਜਿਹੜੀ ਉਮੀਦਵਾਰਾਂ ਦੀ ਕਿਸਮਤ ਆ ਉਹ EVMs ਦੇ ਵਿੱਚ ਕੈਦ ਆ ਅਤੇ EVMs ਇਸ ਵਕਤ ਸਖ਼ਤ ਸੁਰੱਖਿਆ ਪਹਿਰੇ ਹੇਠ ਨੇ। ਗਾਹੇ ਬਗਾਹੇ ਇਸ ਜਗ੍ਹਾ ਦੇ ਉੱਤੇ ਆ ਕੇ ਜਿਹੜੇ ਵੱਡੇ ਪ੍ਰਸ਼ਾਸਨਿਕ ਅਧਿਕਾਰੀ ਆ ਉਹਨਾਂ ਵੱਲੋਂ ਚੈਕਿੰਗ ਕੀਤੀ ਜਾ ਰਹੀ ਆ, ਤਾਂ ਜੋ ਕੋਈ ਵੀ ਗੜਬੜ ਦੀ ਜਿਹੜੀ ਮਾੜੀ ਮੋਟੀ ਸ਼ੰਕਾ ਉਹ ਨਾ ਪੈਦਾ ਹੋ ਸਕੇ।